ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਾਣਾ ਰੰਗੀ। ਸੋ ਜੀ, ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ, ਪੰਜਾਬ ਟੂ ਅਮੈਰੀਕਾ ਡੋਂਕੀ। ਸੋ ਮੇਰੇ ਸਾਰੇ ਦੋਸਤਾਂ ਨੇ ਬਹੁਤ ਪਿਆਰ ਦਿੱਤਾ ਅਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਉਹਦਾ ਅਸੀਂ ਵਨ ਪਾਰਟ ਰਿਲੀਜ਼ ਕੀਤਾ ਸੀ, ਹੁਣ ਅਸੀਂ ਉਸਦਾ ਦੂਜਾ ਪਾਰਟ ਰਿਲੀਜ਼ ਕਰਨ ਲੱਗੇ ਹਾਂ। ਸੋ ਜਿਸ ਵੀ ਮੇਰੇ ਵੀਰ ਭੈਣ ਨੇ ਉਹ ਪਹਿਲਾ ਪਾਰਟ ਨਹੀਂ ਦੇਖਿਆ, ਸੋ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਚੁੱਕੇ ਹਾਂ ਅਸੀਂ। ਸੋ ਸਾਰਿਆਂ ਨੂੰ ਜਾ ਕੇ ਪਹਿਲਾਂ ਉਹ ਚੈੱਕ ਕਰਨਾ, ਕਿਉਂਕਿ ਪਹਿਲਾ ਪਾਰਟ ਨਹੀਂ ਦੇਖੂੰਗਾ ਤਾਂ ਦੂਜੇ ਪਾਰਟ ਦੀ ਤੁਹਾਨੂੰ ਸਮਝ ਨਹੀਂ ਆਉਣੀ। ਸੋ ਇਸ ਲਈ ਸਾਰਿਆਂ ਨੂੰ ਰਿਕੁਐਸਟ ਆ ਹੱਥ ਬੰਨ ਕੇ ਕਿ ਜਿਸ ਨੇ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਜ਼ਰੂਰ ਦੇਖਣ, ਤਾਂ ਕਿ ਤੁਹਾਨੂੰ ਅਗਲੇ ਪਾਰਟ ਦੀ ਸਮਝ ਆ ਸਕੇ। ਸੋ ਜਿੰਨਾ ਤੁਸੀਂ ਪਿਆਰ ਦੇ ਰਹੋ ਇੱਦਾਂ ਹੀ ਪਿਆਰ ਬਣਾਈ ਰੱਖਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਜਿਵੇਂ ਕਿ ਤੁਸੀਂ ਪਹਿਲੇ ਪਾਰਟ ਦੇ ਵਿੱਚ ਦੇਖਿਆ ਕਿ ਚਾਰ ਮੁੰਡੇ ਏਜੰਟ ਦੇ ਕੋਲ ਜਾਂਦੇ ਨੇ ਅਤੇ ਏਜੰਟ ਉਹਨਾਂ ਤੋਂ 25 ਲੱਖ ਰੁਪਏ ਦੀ ਮੰਗ ਕਰਦਾ ਹੈ ਅਤੇ ਏਜੰਟ ਉਹਨਾਂ ਨੂੰ ਬਾਹਰ ਜਾਣ ਦੇ ਸੁਪਨੇ ਦਿਖਾਉਂਦਾ ਹੈ ਅਤੇ ਮੁੰਡੇ ਵੀ ਉਸਦੇ ਝਾਂਸੇ ਦੇ ਵਿੱਚ ਆ ਕੇ ਆਪਣੇ ਘਰਦਿਆਂ ਤੋਂ ਪੈਸੇ ਮੰਗ ਲੈਂਦੇ ਨੇ ਅਤੇ ਉਸ ਤੋਂ ਬਾਅਦ ਉਹ ਮੁੰਡੇ ਦੁਬਾਰਾ ਏਜੰਟ ਦੇ ਕੋਲ ਜਾਂਦੇ ਨੇ 25 ਲੱਖ ਰੁਪਇਆ ਲੈ ਕੇ ਅਤੇ ਫਿਰ ਉਹਨਾਂ ਨੂੰ ਏਜੰਟ ਵੱਲੋਂ ਜਹਾਜ਼ ਚੜ੍ਹਾ ਦਿੱਤਾ ਜਾਂਦਾ ਹੈ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਜਹਾਜ਼ ਅਮਰੀਕਾ ਨੂੰ ਨਹੀਂ ਬਲਕਿ ਕਿਸੇ ਜੰਗਲ ਦੇ ਵਿੱਚ ਜਾਂਦਾ ਹੈ ਅਤੇ ਫਿਰ ਉਹ ਜੰਗਲ ਦੇ ਵਿੱਚ ਉਤਰ ਕੇ ਉਹਨਾਂ ਨੂੰ ਇੱਕ ਆਦਮੀ ਮਿਲਦਾ ਹੈ, ਉਸਨੂੰ ਕਿ ਡੋਂਕਰ ਕਹਿੰਦੇ ਹਨ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ। ਅਤੇ ਉਸ ਤੋਂ ਬਾਅਦ ਡੋਂਕਰ ਉਹਨਾਂ ਨੂੰ ਅੱਗੇ ਅੱਗੇ ਲੈ ਜਾਂਦਾ ਹੈ ਅਤੇ ਡੋਂਕਰ ਦੇ ਨਾਲ ਜਾਂਦੇ ਜਾਂਦੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਅਤੇ ਉਹ ਡੋਂਕਰ ਤੋਂ ਪਾਣੀ ਦੀ ਮੰਗ ਕਰਦੇ ਹਨ, ਪਰ ਡੋਂਕਰ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਅਤੇ ਫਿਰ ਉਹ ਡੋਂਕਰ ਉਹ ਰੋਂਦੇ ਬੇਵਸ ਮੁੰਡਿਆਂ ਨੂੰ ਉੱਥੇ ਹੀ ਛੱਡ ਕੇ ਚਲਾ ਜਾਂਦਾ ਹੈ। ਅਤੇ ਫਿਰ ਹੁਣ ਅੱਗੇ ਯਾਰ 25 ਲੱਖ ਗਿਆ ਤਾਂ ਗਿਆ, ਘਰੇ ਚੱਲੇ ਵਾਪਸ ਯਾਰ।
उठ यार भाई भाई बहुत प्यास लगी पानी कदे नजर आ रहा कोई लग गए होने मैं नहीं पता मैं तो नहीं होत रहे आप देख के ही है वो देख के ने तू मैं देख के मैं भी आना भाई जरा जाना भाई एक मिनट उठ यार भाई सुनाना थोड़ा उठ भाई थोड़ा उठ जा भाई लड़ जू कुछ भाई असि भाई हुने होने इथे रही यार हुने होने असि चल राणे मेरे चलो चलिए लवन भाई गया हूं भी चला गया यार हूं क्यों होगा भाई यार भाई हूं अपन भाई इन्हें इतनी छड़ के जाना पैना भाई होर कोई हल नहीं यार रात होने वाली है भाई जानवर जरूर खाने यार अपन निकलना चाहिए भाई कुछ नहीं होता भाई यार निकलना पैना
ਭਾਈ ਯਾਰ ਆਪਣੇ ਨਾਲ ਦੇ ਦੋ ਬੰਦੇ ਛੱਡ ਕੇ ਸਾਥ ਆ ਕੀ ਕਰੀਏ ਯਾਰ ਮਿੱਤਰ ਦਾ ਆਪਾਂ ਵੀ ਨਹੀਂ ਬਚਿਆ ਹੁਣ ਤਾਂ ਰਾਸਤਾ ਨਹੀਂ ਸਮਝ ਆਉਂਦੀ ਯਾਰ ਕਿੱਧਰ ਨੂੰ ਜਾਣਾ दो दिन हो गए भरावा भाई मेरे को ही तुरंत है यार हौसला रख यार भाई नहीं तुर रही यार हौसला रख मैं तेरे नाल ही हां मैं नहीं करदा भाई यार भाई यार हौसला क्यों हारदा यार मैं नहीं तुर पानी चाहिए यार यार पानी नहीं मिलदा कदे यार इत्ते मैं नहीं तुरदा यार चल यार मन मेरी गल की बनना यार प्यास लगी हुई यार पानी अंदर नहीं मिलता कदे भरा यार मैं मेनू सा नहीं आ रहा भाई मैं की करा यार शाम हो गई है भाई यार जानवर जुनूर बहुत है यार सा नहीं आ रहा भाई यार तू चल चलिए भाई मैं कल्ला रह जाऊं तेरे बिना यार तू चल चलिए यार नहीं भाई यार तू क्यों है भाई 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 यार प्लीज यार Bye.
ਡੈਡੀ ਮੈਨੂੰ ਮਾਫ ਕਰ ਦਿਓ ਡੈਡੀ ਤੁਸੀਂ ਬਹੁਤ ਵੱਡੀ ਗਲਤੀ ਕਰ ਲਈ ਪਤਾ ਨਹੀਂ ਤੁਸੀਂ ਕਿਵੇਂ ਪੈਸੇ ਇਕੱਠੇ ਕਰਕੇ ਦਿੱਤੇ ਡੈਡੀ 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 ਮੈਂ ਇਕੱਲਾ ਰਹਿ ਗਿਆ ਇੱਥੇ ਮੇਰੇ ਸਾਰੇ ਯਾਰ ਦੋਸਤ ਵੀ ਮੇਰਾ ਸਾਥ ਛੱਡ ਗਏ ਅਮੈਰੀਕਾ ਅਮਰੀਕਾ ਅਮਰੀਕਾ ਜਾਣਾ ਮੈਂ ਅਮਰੀਕਾ ਮੈਂ ਆਊਂਗਾ ਅਮਰੀਕਾ ਵਿੱਚ ਆਉਂਗਾ ਸਵਾ ਬਣ ਕੇ ਨੀ ਮੈਂ ਕੁਝ ਵਿੱਚ ਆਉਂਗਾ ਸਵਾ ਬਣ ਕੇ